ਅੱਜ ਤੜਕੇ ਤੜਕੇ ਧੁੰਦ ਦਾ ਕਹਿਰ ਨਜ਼ਰ ਆਇਆ, ਬੱਸ ਨਹਿਰ ਦੇ ਵਿੱਚ ਪਲਟ ਗਈ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਦੱਸ ਦਈਏ ਕਿ ਇੱਕ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਕਿਨਾਰੇ ਤੋਂ ਬੱਸ ਆ ਜਿਹੜੀ ਨਹਿਰ ਦੇ ਵਿੱਚ ਪਲਟ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਕ ਸਵਾਰੀ ਇਸ ਬੱਸ ਦੇ ਵਿੱਚ ਸਵਾਰ ਸੀ ਔਰ ਕੰਡਕਟਰ ਕੁੜੀ ਆ ਜਿਹੜੀ, ਉਸਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ। ਗੜ੍ਹ ਸ਼ੰਕਰ ਤੋਂ ਆਦਮਪੁਰ ਵੱਲ ਇਹ ਮਿੰਨੀ ਬੱਸ ਜਾ ਰਹੀ ਸੀ। ਪਿੰਡ ਐਮਾ ਮੁਗਲਾ ਪੁਲ ਤੇ ਇਹ ਹਾਦਸਾ ਹੋਇਆ। ਕਿਨਾਰੇ ਤੋਂ ਇੱਕਦਮ ਥੱਲੇ ਇਹ ਬੱਸ ਆ ਜਿਹੜੀ ਨਹਿਰ ਦੇ ਵਿੱਚ ਪਲਟ ਗਈ। ਸਵੇਰੇ 9:30 ਦੀ ਇਹ ਘਟਨਾ ਹੈ। ਦੱਸਣ ਦੇ ਮੁਤਾਬਿਕ ਬਾਈਕ ਨੂੰ ਬਚਾਉਂਦੇ ਹੋਏ ਇਹ ਬੱਸ ਨਹਿਰ ਦੇ ਵਿੱਚ ਪਲਟ ਗਈ। ਫਿਲਹਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ, ਲੋਕਾਂ ਨੇ ਰੌਲਾ ਪਾਇਆ ਤਾਂ ਹੁਣ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਇਸ ਬੱਸ ਨੂੰ ਬਾਹਰ ਕਢਵਾਇਆ ਜਾ ਰਿਹਾ। ਤਾਂ ਨਹਿਰ ਦੇ ਵਿੱਚ ਇਹ ਮਿੰਨੀ ਬੱਸ ਆ ਜਿਹੜੀ ਪ੍ਰਾਈਵੇਟ ਬੱਸ ਪਲਟ ਗਈ। ਸੁਣੋ ਕਿਵੇਂ ਸੰਤੁਲਨ ਵਿਗੜਿਆ ਔਰ ਕਿਵੇਂ ਇਹ ਭਿਆਨਕ ਹਾਦਸਾ ਹੋਇਆ। ਇਹ ਸਾਡਾ ਐਕਸਰਸਮੈਨ ਸੀਗਾ ਸ਼ਾਮ ਸੁੰਦਰ ਦਿੱਤਾ, ਗੜ੍ਹ ਸ਼ੰਕਰ ਇਹਦਾ ਆਪਣਾ ਕਾਰੋਬਾਰ ਹੈ, ਨਾਲ ਇਹਨੇ ਬੱਸਾਂ ਪਾਈਆਂ ਸੀਗੀਆਂ ਅਤੇ ਅੱਜ ਅਚਾਨਕ ਹੀ ਇੱਧਰ ਇੱਕ ਬੱਸ ਉਹਦੀ ਦੋਨੋਂ ਬੱਸਾਂ ਸੀਗੀਆਂ, ਇੱਕ ਬੱਸ ਵਿੱਚ ਉਹ ਬੱਸਾਂ 'ਚ ਆਪਣੇ ਬੰਦੇ ਚੜਾਉਂਦਾ ਪਿਆ ਸੀ, ਉੱਧਰੋਂ ਦੂਜੇ ਪਾਸੋਂ ਇੱਕ ਬੱਸ ਆਈ, ਉਹਦੇ ਮੂਹਰੇ ਇੱਕ ਮੋਟਰਸਾਈਕਲ ਆਇਆ, ਪਤਾ ਨਹੀਂ ਕੀ ਆਇਆ, ਧੁੰਦ ਦੇ ਵਿੱਚ ਨਾ ਦੇਖਣ ਦੀ ਵਜ੍ਹਾ ਬ੍ਰੇਕ ਮਾਰੀ, ਬ੍ਰੇਕ ਦੇ ਨਾਲ ਹੀ ਇੱਧਰ ਨੂੰ ਬੱਸ ਨੇ ਜ਼ੋਰ ਮਾਰਿਆ ਅਤੇ ਇੰਨਾ ਹੈ ਕਿ ਉਹਦੇ ਵਿੱਚ ਇੱਕ ਡਰਾਈਵਰ ਸੀਗਾ, ਕੰਡਕਟਰ ਸੀਗਾ, ਇੱਕ ਬੱਚਾ ਸੀਗਾ, ਹੋਰ ਬਹੁਤੇ ਸਵਾਰੀਆਂ ਹੈ ਨਹੀਂ ਸੀਗੀਆਂ, ਬਚਾਅ ਹੋ ਗਿਆ ਅਤੇ ਕੁੜੀ ਦੇ ਵੀ ਸੱਟ ਲੱਗੀ ਆ ਅਤੇ ਡਰਾਈਵਰ 'ਤੇ ਕੋਈ ਬਹੁਤੀ ਸੱਟ ਨਹੀਂ ਲੱਗੀ ਅਤੇ ਜਿਹੜਾ ਬੱਚਾ ਉਹਦੇ ਸਿਰ ਦੇ ਵੀ ਸੱਟ ਲੱਗੀ ਆ, ਉਹਦਾ ਪਤਾ ਨਹੀਂ ਹੁਣ ਉੱਥੇ ਪਤਾ ਲੱਗੂਗਾ ਹਸਪਤਾਲ ਕੀ ਹਾਲਚਾਲ ਆ ਉਹਦਾ, ਅਤੇ ਫਿਰ ਵੀ ਬਚਾਅ ਹੋ ਗਿਆ, ਬਹੁਤਾ ਕੋਈ ਨੁਕਸਾਨ ਨਹੀਂ ਹੋਇਆ। ਇੰਨਾ ਕੀ ਨਹਿਰ ਦੇ ਵਿੱਚ, ਨਹਿਰ ਵਿੱਚ ਰੁੜ ਗਈ। ਵੇਖੋ ਜੀ, ਤਕਰੀਬਨ ਸੁਬਹਾ 9:30 ਇੱਕ ਬੱਸ ਸੀਗੀ ਜਿਹੜੀ ਮਿੰਨੀ ਬੱਸ, ਇਹ ਕੋਟਪੁਤਲੀ ਤੋਂ ਇੱਧਰ ਨੂੰ ਗੜ੍ਹ ਸ਼ੰਕਰ ਨੂੰ ਜਾ ਰਹੀ ਸੀ। ਜਦ ਇਹ ਐਮ ਐਮ ਮੁਗਲਾਂ ਲਾਗੇ ਪੁੱਜੀ ਅਤੇ ਉਹਦੇ ਅੱਗੇ ਇੱਕ ਯਕਦਮ ਇੱਕ ਮੋਟਰਸਾਈਕਲ ਆਇਆ, ਉਹਨੂੰ ਬਚਾਉਂਦਿਆਂ ਬਚਾਉਂਦਿਆਂ ਜਿਹੜੀ ਬੱਸ ਸੀਗੀ ਨਹਿਰ ਦੇ ਵਿੱਚ ਡਿੱਗ ਪਈ, ਅਤੇ ਜਿਹਦੇ ਵਿੱਚ ਬੱਸ ਦੇ ਵਿੱਚ ਇੱਕ ਲੜਕਾ ਕਿਤਲੇ ਦਾ ਸੀਗਾ, ਇੱਕ ਸਵਾਰੀ ਉਹਦੇ ਸਵਾਰ ਸੀਗੀ ਅਤੇ ਉਹਦੇ ਮਾਮੂਲੀ ਸੱਟਾਂ ਲਾਈਆਂ ਸੀ, ਲੱਗੀਆਂ ਐਕਸੀਡੈਂਟ ਦੌਰਾਨ, ਅਤੇ ਉਹਨੂੰ ਗੜ੍ਹ ਸ਼ੰਕਰ ਹੋਸਪਿਟਲ ਐਡਮਿਟ ਕਰਾਇਆ, ਬਾਕੀ ਸਾਰਾ ਠੀਕ ਠਾਕ ਹੈ। ਅਤੇ ਜਿਹੜੀ ਬੱਸ ਆ ਉਹਨੂੰ ਅਸੀਂ ਕਢਵਾ ਰਹੇ ਨਹਿਰ ਦੇ ਵਿੱਚੋਂ, ਇੱਕ ਸਵਾਰੀ ਸੀ ਬੱਸ ਦੇ ਵਿੱਚ ਸਿਰਫ, ਜਿਹੜਾ ਕਿਤਲੇ ਦਾ ਲੜਕਾ ਸੀ ਜਿਹਦੇ ਸੱਟਾਂ ਲੱਗੀਆਂ, ਇੱਕ ਨਹੀਂ ਇੱਕ ਕਨੈਕਟਰ ਕੁੜੀ ਸੀ ਉਹਨਾਂ ਦੀ ਬੱਸ ਵਾਲਿਆਂ ਦੀ, ਉਹ ਵੀ ਕਨੈਕਟ ਹੀ ਕਰਦੇ, ਉਹਦੇ ਵੀ ਮਾਮੂਲੀ ਸੱਟਾਂ ਲੱਗੀਆਂ। ਕਾਰਵਾਈ ਵੇਖੋ ਜੀ, ਇਹ ਕੁਦਰਤੀ ਹਾਦਸਾ ਹੋਇਆ, ਇਹ ਤਾਂ ਮੋਟਰਸਾਈਕਲ ਨੂੰ ਬਚਾਉਂਦਾ ਬਚਾਉਂਦਾ ਹੋ ਰਿਹਾ ਹਾਦਸਾ। ਹਾਂ, ਬੱਸ ਕਢਵਾਈ ਜਾ ਰਹੀ ਹੈ, ਉਹ ਮੰਗਾਈ ਹੈ, ਹਾਡਲਾ ਮੰਗਾਇਆ, ਉਹਦੇ ਨਾਲ ਬੱਸ ਕਢਵਾਈ ਜਾ ਰਹੀ ਹੈ। ਅੱਜ ਤੜਕੇ ਤੜਕੇ ਧੁੰਦ ਦਾ ਕਹਿਰ ਨਜ਼ਰ ਆਇਆ, ਬੱਸ ਨਹਿਰ ਦੇ ਵਿੱਚ ਪਲਟ ਗਈ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਦੱਸ ਦਈਏ ਕਿ ਇੱਕ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਕਿਨਾਰੇ ਤੋਂ ਬੱਸ ਆ ਜਿਹੜੀ ਨਹਿਰ ਦੇ ਵਿੱਚ ਪਲਟ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਕ ਸਵਾਰੀ ਇਸ ਬੱਸ ਦੇ ਵਿੱਚ ਸਵਾਰ ਸੀ ਔਰ ਕੰਡਕਟਰ ਕੁੜੀ ਆ ਜਿਹੜੀ, ਉਸਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ। ਗੜ੍ਹ ਸ਼ੰਕਰ ਤੋਂ ਆਦਮਪੁਰ ਵੱਲ ਇਹ ਮਿੰਨੀ ਬੱਸ ਜਾ ਰਹੀ ਸੀ। ਪਿੰਡ ਐਮਾ ਮੁਗਲਾ ਪੁਲ ਤੇ ਇਹ ਹਾਦਸਾ ਹੋਇਆ। ਕਿਨਾਰੇ ਤੋਂ ਇੱਕਦਮ ਥੱਲੇ ਇਹ ਬੱਸ ਆ ਜਿਹੜੀ ਨਹਿਰ ਦੇ ਵਿੱਚ ਪਲਟ ਗਈ। ਸਵੇਰੇ 9:30 ਦੀ ਇਹ ਘਟਨਾ ਹੈ। ਦੱਸਣ ਦੇ ਮੁਤਾਬਿਕ ਬਾਈਕ ਨੂੰ ਬਚਾਉਂਦੇ ਹੋਏ ਇਹ ਬੱਸ ਨਹਿਰ ਦੇ ਵਿੱਚ ਪਲਟ ਗਈ। ਫਿਲਹਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ, ਲੋਕਾਂ ਨੇ ਰੌਲਾ ਪਾਇਆ ਤਾਂ ਹੁਣ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਇਸ ਬੱਸ ਨੂੰ ਬਾਹਰ ਕਢਵਾਇਆ ਜਾ ਰਿਹਾ। ਤਾਂ ਨਹਿਰ ਦੇ ਵਿੱਚ ਇਹ ਮਿੰਨੀ ਬੱਸ ਆ ਜਿਹੜੀ ਪ੍ਰਾਈਵੇਟ ਬੱਸ ਪਲਟ ਗਈ। ਸੁਣੋ ਕਿਵੇਂ ਸੰਤੁਲਨ ਵਿਗੜਿਆ ਔਰ ਕਿਵੇਂ ਇਹ ਭਿਆਨਕ ਹਾਦਸਾ ਹੋਇਆ। ਇਹ ਸਾਡਾ ਐਕਸਰਸਮੈਨ ਸੀਗਾ ਸ਼ਾਮ ਸੁੰਦਰ ਦਿੱਤਾ, ਗੜ੍ਹ ਸ਼ੰਕਰ ਇਹਦਾ ਆਪਣਾ ਕਾਰੋਬਾਰ ਹੈ, ਨਾਲ ਇਹਨੇ ਬੱਸਾਂ ਪਾਈਆਂ ਸੀਗੀਆਂ
ਤੇ ਅੱਜ ਅਚਾਨਕ ਹੀ ਇੱਧਰ ਇੱਕ ਬੱਸ ਦੀ ਦੋਨੋਂ ਬੱਸਾਂ ਸੀਗੀਆਂ, ਇੱਕ ਬੱਸ ਵਿੱਚੋਂ ਬੱਸਾਂ 'ਚ ਆਪਣੇ ਬੰਦੇ ਚੜਾਉਂਦਾ ਪਿਆ ਸੀ, ਉੱਧਰੋਂ ਦੂਜੇ ਪਾਸੋਂ ਇੱਕ ਬੱਸ ਆਈ, ਉਹਦੇ ਮੂਹਰੇ ਇੱਕ ਮੋਟਰਸਾਈਕਲ ਆਇਆ, ਪਤਾ ਨਹੀਂ ਕੀ ਆਇਆ, ਧੁੰਦ ਦੇ ਵਿੱਚ ਨਾ ਦੇਖਣ ਦੀ ਵਜ੍ਹਾ ਬ੍ਰੇਕ ਮਾਰੀ, ਬ੍ਰੇਕ ਦੇ ਨਾਲ ਹੀ ਇੱਧਰ ਨੂੰ ਬੱਸ ਨੇ ਜ਼ੋਰ ਮਾਰਿਆ, ਅਤੇ ਇੰਨਾ ਹੈ ਕਿ ਉਹਦੇ ਵਿੱਚ ਇੱਕ ਡਰਾਈਵਰ ਸੀਗਾ, ਕੰਡਕਟਰ ਸੀਗਾ, ਇੱਕ ਬੱਚਾ ਸੀਗਾ, ਹੋਰ ਬਹੁਤੇ ਸਵਾਰੀਆਂ ਹੈ ਨਹੀਂ ਸੀਗੀਆਂ, ਬਚਾਅ ਹੋ ਗਿਆ, ਅਤੇ ਕੁੜੀ ਦੇ ਵੀ ਸੱਟ ਲੱਗੀ ਆ, ਅਤੇ ਡਰਾਈਵਰ 'ਤੇ ਕੋਈ ਬਹੁਤੀ ਸੱਟ ਨਹੀਂ ਲੱਗੀ, ਅਤੇ ਜਿਹੜਾ ਬੱਚਾ ਉਹਦੇ ਸਿਰ ਦੇ ਵੀ ਸੱਟ ਲੱਗੀ ਆ, ਉਹਦਾ ਪਤਾ ਨਹੀਂ ਹੁਣ ਉੱਥੇ ਪਤਾ ਲੱਗੂਗਾ ਹਸਪਤਾਲ ਕੀ ਹਾਲਚਾਲ ਉਹਦਾ, ਅਤੇ ਫਿਰ ਵੀ ਬਚਾਅ ਹੋ ਗਿਆ, ਬਹੁਤਾ ਕੋਈ ਨੁਕਸਾਨ ਨਹੀਂ ਹੋਇਆ, ਇੰਨਾ ਕੀ ਨਹਿਰ ਦੇ ਵਿੱਚ, ਨਹਿਰ ਵਿੱਚ ਰੁੜ ਗਈ। ਵੇਖੋ ਜੀ, ਤਕਰੀਬਨ ਸੁਬਹਾ 9:30 ਵਜੇ ਇੱਕ ਬੱਸ ਸੀਗੀ ਜਿਹੜੀ ਮਿੰਨੀ ਬੱਸ, ਇਹ ਕੋਟਪੁਤਲੀ ਤੋਂ ਇੱਧਰ ਨੂੰ ਗੜਸ਼ੰਕਰ ਨੂੰ ਜਾ ਰਹੀ ਸੀ, ਜਦ ਇਹ ਐੱਮ ਐੱਮ ਮੁਗਲਾਂ ਲਾਗੇ ਪੁੱਜੀ ਅਤੇ ਉਹਦੇ ਅੱਗੇ ਇੱਕ ਯਕਦਮ ਇੱਕ ਮੋਟਰਸਾਈਕਲ ਆਇਆ, ਉਹਨੂੰ ਬਚਾਉਂਦਿਆਂ ਬਚਾਉਂਦਿਆਂ ਜਿਹੜੀ ਬੱਸ ਸੀਗੀ ਨਹਿਰ ਦੇ ਵਿੱਚ ਡਿੱਗ ਪਈ, ਅਤੇ ਜਿਹਦੇ ਵਿੱਚ ਬੱਸ ਦੇ ਵਿੱਚ ਇੱਕ ਲੜਕਾ ਕਿਤਲੇ ਦਾ ਸੀਗਾ, ਇੱਕ ਸਵਾਰੀ ਉਹਦੇ ਸਵਾਰ ਸੀਗੀ, ਅਤੇ ਉਹਦੇ ਮਾਮੂਲੀ ਸੱਟਾਂ ਲਾਈਆਂ ਸੀ, ਲੱਗੀਆਂ ਐਕਸੀਡੈਂਟ ਦੌਰਾਨ, ਅਤੇ ਉਹਨੂੰ ਗੜਸ਼ੰਕਰ ਹੋਸਪਿਟਲ ਐਡਮਿਟ ਕਰਾਇਆ, ਬਾਕੀ ਸਾਰਾ ਠੀਕ ਠਾਕ ਹੈ, ਅਤੇ ਜਿਹੜੀ ਬੱਸ ਆ ਉਹਨੂੰ ਅਸੀਂ ਕਢਵਾ ਰਹੇ ਨਹਿਰ ਦੇ ਵਿੱਚੋਂ, ਇੱਕ ਸਵਾਰੀ ਸੀ ਬੱਸ ਦੇ ਵਿੱਚ ਸਿਰਫ, ਜਿਹੜਾ ਕਿਤਲੇ ਦਾ ਲੜਕਾ ਸੀ ਜਿਹਦੇ ਸੱਟਾਂ ਲੱਗੀਆਂ, ਇੱਕ ਨਹੀਂ ਇੱਕ ਕਨੈਕਟਰ ਕੁੜੀ ਸੀ ਉਹਨਾਂ ਦੀ ਬੱਸ ਵਾਲਿਆਂ ਦੀ, ਉਹ ਵੀ ਕਨੈਕਟ ਹੀ ਕਰਦੇ, ਉਹਦੇ ਵੀ ਮਾਮੂਲੀ ਸੱਟਾਂ ਲੱਗੀਆਂ, ਨਹੀਂ ਕਾਰਵਾਈ ਵੇਖੋ ਜੀ, ਇਹ ਕੁਦਰਤੀ ਹਾਦਸਾ ਹੋਇਆ, ਇਹ ਤਾਂ ਮੋਟਰਸਾਈਕਲ ਨੂੰ ਬਚਾਉਂਦਾ ਬਚਾਉਂਦਾ ਹੋ ਰਿਹਾ ਹਾਦਸਾ, ਹਾਂ ਬੱਸ ਕਢਵਾਈ ਜਾ ਰਹੀ ਹੈ, ਉਹ ਮੰਗਾਈ ਹੈ ਹਾਡਲਾ ਮੰਗਾਇਆ, ਉਹਦੇ ਨਾਲ ਬੱਸ ਕਢਵਾਈ ਜਾ ਰਹੀ ਹੈ।